ਤੇਜ ਬਾਰੂ ਆਇ ਰਹੇ ਉਹਨੇ ਕੋਈ ਗੱਲ ਬਾਤ ਕੀਤੀ ਦੀ ਹੈ ਉਹ ਅੰਗਰੇਜ਼ਾਂ ਦੀ ਗੱਲਾਂ ਜੜੀਆਂ ਹੈ ਸੁਣਨੀ ਆ ਮਤਲਬ ਆ ਸੋਨੇ ਕੀ ਇੰਨੀ ਇੰਪੋਰਟੈਂਸ ਦੇ ਆ ਨੇ ਇੰਨਾ ਸਾਨੂੰ ਅੰਦਰੋਂ ਕਾਲੀਆਂ ਮਚਾ ਦੀ ਕਿ ਹੈ ਫੜਾ ਫੜਾ ਸੋਚੇ ਹਰ ਇੱਕ ਚੈਨਲ ਜਿਹੜਾ ਉਹ ਕੀ ਕਿਸੇ ਦਾ ਸਾਰਾ ਨਮਸਤੇ ਆਉ ਪ੍ਰਗੈਸ ਲੋਤਰਾ ਸਿੱਧਿਲਕੀਰਚ ਤੁਸੇ ਸਾਰੇ ਲੋਕਿਆਂ ਦਾ ਮਤਾ ਮਤਾ ਮਿਲਾਰ ਕਰਨੀ ਆ ਸਮਾਰਟ ਸਿਟੀ ਤੇ ਬਣੀ ਹੀ ਹੈ ਠੀਕ ਹੈ ਕਿਉਂ ਸਾਡੇ ਬੱਸ ਸਟੈਂਡ 'ਚ ਬੜੀ ਸੋਹਣੀ ਮਲਟੀ ਲੈਵਲ ਪਾਰਕਿੰਗ ਜਿਹੜੀ ਹੈ ਉਹ ਬਣੀ ਦੀ ਹੈ 5G ਦੀ ਗੱਲਾਂ ਉਹ ਵੀ ਉਹ ਆਦੀਆਂ ਨੇ ਉਹ ਬੱਕਰੀ ਗੱਲ ਹੈ ਜੰਮੂ ਕਸ਼ਮੀਰ ਦੇ ਲੋਕ ਕਿਤੇ ਕਦੇ 2G ਚਲਾਣਾ ਪੁੰਦਾ ਕੋਈ ਗੱਲ ਨਹੀਂ ਚਲਗਾ ਉੱਥੇ ਇਹ ਵੀ ਸੋਚੋ ਕਿ ਅਮਰੀਕਾ ਦੇ ਕਿਸ਼ ਲੋਕ ਆਏ ਵੀ ਆਏ ਨੇ ਜਿਹੜੀ ਇਹ ਵੀ ਗੱਲਾਂ ਕਰ ਰਹੇ ਨੇ ਕਿ Mars 'ਪਰ ਕਿੰਨੇ ਮਰਲੇ ਦੀਆਂ ਹੈ ਜ਼ਮੀਨ ਖਰੀਦਣੀ ਹੈ ਉਹ ਅੱਗੇ ਚੱਲ ਰਹੇ ਪਿੱਛੇ-ਪਿੱਛੇ ਸਾਡੇ ਆਪਣੇ ਜਾਗਤ ਵੀ ਆਖਾਏ ਮਾਰੇ ਤੋਸਾ ਕਿ ਚਲੋ ਪਿੱਛੇ-ਪਿੱਛੇ ਆਸ ਵੀ ਆਣੇ ਆਂ ਜ਼ਮੀਨਾਂ ਲੈਣ ਤਾਂ ਹੀ ਪਰ ਇਨ ਸਾਰੀ ਚੀਜ਼ਾਂ ਦੇ ਜਿੱਥੇ ਲੋਕ ਇੰਨੇ ਵਾਦਾ ਦੇਣਾ ਕਿ ਮਾਰਸ ਪਰਜਾਈ ਜ਼ਮੀਨਾਂ ਲੈ ਰਹੇ ਉਥੇ ਅੱਜ ਵੀ ਸਾਡੇ ਜੰਮੂ ਕਸ਼ਮੀਰ ਦੇ ਕਿੰਨੇ ਇਹ ਗ੍ਰਾਂ ਇਹ ਨੇ ਜਿੱਥੇ ਅੱਜ ਵੀ ਮਰੀ ਜਿਹੜੇ ਨੇ ਉਹ ਮੰਜੀਪੁਰ ਹੁੰਦੇ ਨੇ ਤੇ ਰਾਸ਼ਨ ਜਿਹੜਾ ਉਹ ਖਚਣੇ ਉੱਪਰ ਹੁੰਦਾ ਡੋਡਾ ਦਾ ਇੱਕ ਬੰਦਾ ਸਾਨੂੰ ਲੱਭਿਆ ਉਹਨੇ ਆਪਣਾ ਕੀ ਦੁੱਖ ਰਸਨਾਇਆ ਆਓ ਸੁਣੋ ਜਾਰ ਮੈਂ कहाँ से आते हैं आप कौन आम हाँ गाँव कौन सा आप डटकाई डटकाई जी तो ये क्या लाया हुआ आपने ये सर फर्क है अच्छा ये किसके लिए ये इसको खिलाएंगे सर तो काम करेंगे अच्छा तो आपके गांव में जो आटा चावल बाकी राशन वाशन वो कैसे आता है गाड़ी पे आता है या वो भी इसी तरीके से खच्चर पे आता है सर वो भी इसी पे आता है इसी पे आता है जी सर तो रोड जो ये बन रही है ये भी सर बन है तो आप कितने साल हो गए आपको इसको देखते हुए बनते हुए मुझे दस साल तो अभी ये पहुंचे नहीं उधर पहुंची नहीं जी सर तो आज भी खचरों के ऊपर ही आपके वहाँ सामान हाँ, हाँ सर है। जी सर। अगर कोई रात को बीमार हो जाए कोई परेशानी हो जाए तो उसको अस्पताल कैसे पहुंचाते हो आप सर उठा के लाते हैं इधर इधर तो, इदे तो इदे से अगर गाड़ी मिल जाती है तो ठीक है नहीं तो उठा के जी सर किसके ऊपर उठा के लाते हो सर खुद लाते हैं हम हटा के अच्छा जी सर किसके ऊपर खाट के ऊपर या किसी और चीज के ऊपर या कैसे नहीं सर इस पर हाँ सर अच्छा कुछ ज्यादा बड़ी परेशानी हो फिर क्या करेंगे सर आना पड़ता है इधर ही तो इधर तो से ही है गाड़ी तो इलाके में बिजली बिजली है हाँ बिजली है बिजली है आपके आ, इलाके में और क्या परेशानी है आपके इलाके की सर बस रोड की है और क्या रोड की सबसे बड़ी परेशानी है यानी इक्कीसवीं सदी है फोर जी चल रहा है जी जी लेकिन उसके बावजूद आपके पास रोड नहीं है जी सर सुन लिया का दुखड़ा कितना परेशान ही पर सच है ये सच्चाई है ਬੜੀ ਐ ਕੜਵੀ ਐ ਪਰ ਇਹੋ ਸੱਚ ਐ ਕਿ ਅੱਜ ਵੀ ਸਾਡੇ ਗ੍ਰਾਂਦ ਇਲਾਕੇ ਤੇ ਪਾੜੀ ਇਲਾਕੇ ਪਾਇਓ ਜਾਨਵਰਿਆਂ ਤਾਂ ਹੀ ਚਾਰਾ ਐ ਤੇ ਪਾਇਓ ਇਨਸਾਨਿਆਂ ਤਾਂ ਹੀ ਰਾਸ਼ਨ ਹੋਏ ਇਨੀ ਖਚਰਿਆਂ ਤੂੰ ਜਿਹੜਾ ਲੋਕਿਆਂ ਦੀ ਡਿਊਟੀ ਤੱਕ ਪੁੱਜਦਾ ਕੀ 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 ਛੜਕਾਂ ਨਹੀਂ ਐ ਔਰ ਐਹਾਂ ਨਹੀਂ ਐ ਕਿ ਛੜਕ ਨਹੀਂ ਸਰਕਾਰ ਨੇ ਦਿੱਤਰੀ ਨਹੀਂ ਕੋਈ ਸੈਂਕਸ਼ਨ ਨਹੀਂ ਹੋਈ ਦੀ ਯਾਨੀ ਕਿ ਕੋਈ ਨੋਟ ਨਹੀਂ ਥੋਇਰਾ ਸਭ ਕੁਝ ਥੋਇਰਾ ਮਾਰੇ ਪਹਿ ਤੱਕ ਆਈਦੇ ਔਰ ਪਹਿ ਮੁੱਕੀ ਵੀ ਗਏ ਦੇ ਸਾਰੇ ਪਹਿ ਖਰਚੋਈ ਦੇ ਉਥਾ ਖਰਚ ਹੋਏ ਨੇ ਜਿਹੜੇ ਲੋਕਾਂ ਕੀ ਕੰਮ ਸੌਪੇਦਾ ਹ ਉਹਨੇ ਲੋਕਿਆਂ ਦੇ ਚੁਆਰੇ ਜਿਹੜੇ ਚੜੇ ਨੇ ਨਾ ਉਥੇ ਪੈਸਾ ਜਿਹੜਾ ਇਹ ਖਰਚ ਹੋਇਆ ਦਾ ਤਾਂ ਗਰੀਬ ਲੋਕਿਆਂ ਦੇ ਅੱਜ ਵੀ ਡਿਊਟੀ ਤੱਕ ਛੜਕਾਂ ਜਿਹੜੀਆਂ ਉਹ ਨਹੀਂ ਪੁੱਜੀਆਂ ਅੱਜ ਵੀ ਗ੍ਰਾਂ ਦਾ ਲੋ ਅੱਜ ਵੀ ਪਹਾੜੀ ਦੇ ਲੋਕ ਜਿਹੜੇ ਨੇ ਜਿਸ ਵੇਲੇ ਕੋਈ ਬਿਮਾਰ ਰਹੇ ਹਾਂ ਦਾ ਨਾ ਕੋਈ ਮਰੀਜ਼ ਜਿਹੜਾ ਉਸੇ ਹਸਪਤਾਲ ਲੈਣਾ ਹੋ ਤਾਂ ਮੈਂ ਤੁਹਾਨੂੰ ਦੱਸਨੀ ਆ ਅੱਜ ਵੀ ਆਹੇ ਤਾਂ ਆਪਣੀ ਗੱਡੀ ਸਟਾਰਟ ਕਰਨੇ ਕਿੱਕ ਮਾਰਨੇ ਤੇ ਪੁੱਜੀ ਅੰਨੇ ਉਥੇ ਅਸਤਾਲਿਆਂ ਚ ਪਰ ਅੱਜ ਵੀ ਗ੍ਰਾਂ ਦੇ ਲੋਕ ਜਿਹੜੇ ਨਾ ਮੰਜੀ ਉਪਰ ਮਦੀਜਾਂਗੀ ਆਪਣੇ ਮੋਂਡੇ ਉਪਰ ਰਖੀ ਨਾ ਪਹਿਲੇ ਤਾਂ ਪੱਕੀ ਛਿੜਕਤਾ ਕਾਂਦੇ ਔਰ ਓਰੇ ਬਾਅਦ ਕਿੰਨੀ ਚੇ ਜਿਹੜਾ ਉਹ ਦਿੱਕਤ ਰਹਿੰਦੀ ਕਿ ਕੋਸ ਵੇਲੇ ਗੱਡੀ ਆਗ ਔਰ ਅਸੀਂ ਸੀ ਹਸਤਾਲ ਤੱਕ ਲਈ ਜਾ ਚੇ ਅੱਜ ਵੀ ਗਰੀਬ ਜਿਹੜਾ ਉਹ ਬੱਤੀ ਤਾਂ ਹੀ ਰੋਵਾਰਾ ਪੂਰੀ ਪੂਰੀ ਰਾਤ ਬੱਤੀ ਨਹੀਂ ਹੈ ਅੱਜ ਵੀ ਗਰੀਬ ਖਾਣੇ ਦੇ ਲਾਲੇ ਸੀ ਪੇਰੇ ਅੱਜ ਵੀ ਗਰੀਬ ਪਾਣੀ ਤਾਂ ਹੀ ਤਰਸਾ ਰਿਹਾ ਪਰ ਸਾਨੂੰ ਲੋਕਾਂ ਗੀ ਕੇ ਪਰੇਸ਼ਾਨੀ ਹੈ ਸਾਨੂੰ ਲੋਕਾਂ ਗੀ ਇਹ ਪਰੇਸ਼ਾਨੀ ਹੈ ਕਿ ਯੂਰੋਪੀਅਨ ਯੂਨੀਅਨ ਡੈਲੀਗੇਸ਼ਨ ਆਇਆ ਦਾ ਔਰ TFSL ਦੀ ਟੀਮ ਜਿਹੜੀ ਆ ਉਹ ਕੱਖ ਨਹੀਂ ਖਬਰ ਚਾੜਾਦੀ ਇਸ ਬਾਰੇ ਚ ਸਾਨੂੰ ਅੱਜ ਵੀ ਪਰੇਸ਼ਾਨੀ ਹੈ ਅੰਗਰੇਜ਼ ਬਾਰੂ ਆਏ ਰਹੇ ਉਹਨੇ ਕੋਈ ਗੱਲਬਾਤ ਕੀਤੀ ਦੀ ਹੈ ਉਹ ਅੰਗਰੇਜ਼ਾਂ ਦੀ ਗੱਲਾਂ ਜੜੀਆਂ ਹੈ ਸੁਣਨੀ ਆ ਮਤਲਬ ਆ ਸੋਣੇ ਕੀ ਇੰਨੀ ਇੰਪੋਰਟੈਂਸ ਦਿਆ ਨੇ ਇੰਨਾ ਸਾਨੂੰ ਅੰਦਰੋਂ ਕਾਲੀਆਂ ਮਚਾ ਦੀ ਕਿ ਹੈ ਫੜਾ ਫੜਾ ਸੋਚੇ ਹਰ ਇੱਕ ਚੈਨਲ ਜਿਹੜਾ ਉਹ ਕੀ ਕਿਸੇ ਦਾ ਸਾਰਾ ਪਰ ਸਾਨੂੰ ਇਹ ਫਿਕਰ ਕੋਈ ਨਹੀਂ ਹੈ ਕਿ ਕੋਈ ਗਰਾਂਦ ਬੈਠੇ ਦਾ ਗਰੀਬ ਜਿਹੜਾ ਹੈ ਕਿ ਉਸੇ ਦੋ ਫੁੱਲ ਕੇ ਥੋਏ ਨਹੀਂ ਥੋਏ ਕੋਈ ਪੜੀ ਲਾ ਕੇ ਜਿਹੜਾ ਮਰੀਜ਼ ਹੈ ਤੁਸੀਂ ਮੈਂ ਪਹਿਲੇ ਵੀ ਟੀਐਸਐਲ ਨੇ ਇੱਕ ਵੀਡੀਓ ਦਸੀ ਸ਼ਰਨਗਰ ਦੀ ਕਿ ਕਿਉਂ ਬਰਫਤ ਚ ਇੱਕ ਪ੍ਰੈਗਨੈਂਟ ਲੇਡੀ ਜਿਹੜੀ ਹੈ ਉਸੇ ਕਿਹਾਂ ਚਾਰ ਬੰਦੇ ਮੁੰਡੇ ਉੱਪਰ ਚੁੱਕੀਏ ਉਸੇ ਹਸਪਤਾਲ ਤੱਕ ਪਹੁੰਚਾਇਆ ਕਿਹਾਂ ਮਰੀਜ਼ ਜਿਹੜਾ ਉਹ ਪਲ-ਪਲ ਵਿਚਾਰੇ ਡਿੱਕਦੇ ਰਹਿੰਦੇ ਕਿ ਕੇ ਅਸ ਹਸਪਤਾਲ ਤੱਕ ਪੁੱਜਦੇ ਸਾਹ ਉਹ ਗਾਹੀਆਂ ਨਹੀਂ ਹੋਗਾ ਪਰ ਸਾਡੇ ਸਿਟੀ ਦੇ ਲੋਕ ਆਏਗੀ ਸਾਨੂੰ ਲੋਕ ਇਹ ਮੇਰੇ ਤੁੰਦੇ ਜਨੇ ਲੋਕ ਕਹਿੰਗੀ ਸਾਨੂੰ ਕੀ ਪਰੇਸ਼ਾਨੀ ਹੈ ਬਾਰੂਆਂ ਗਰੇ ਜਾਏਨਾ ਜੇ ਮੁ ਕਸ਼ਮੀਰ ਦੇ ਵਾਰੇ ਚ ਕੋਈ ਗੱਲ ਬਾਤ ਕੀਤੀ ਹੈ ਤੇ ਕੇ ਪਤਾ ਇਹਦੇ ਬਾ ਚ ਕਿਛ ਤਗੜਾ ਹੋਈ ਹੈ ਕੁਛ ਐਲ ਹੋਈ ਹੈ ਤਾਂ ਉਹ ਜਿਹੜੀ ਖਬਰ ਦਿਖਣਾ ਉਹ ਬਹੁਤ ਜ਼ਰੂਰੀ ਹੈ ਪਰ ਇਹ ਖਬਰਾਂ ਜਿਹੜੀਆਂ ਨਾ ਉਹ ਤੋਂ ਲੋਕ ਦਿਖਣਾ ਨਹੀਂ ਚਾਹਦੇ ਕਿਉਂਕਿ ਇਹ ਗਰੀਬ ਲੋਕ ਨੇ ਪਰ ਸਚਾਈ ਇਹੋ ਹੈ ਕਿ ਅਸਾ ਹਲੇ ਵੀ ਗੁਲਾਮ ਹੈ ਅਸਾ ਅੱਜ ਵੀ ਗੁਲਾਮ ਹੈ ਅਸਾ ਦੱਸੀ ਵੀ ਹੋੜ ਗਏ ਯੂਰੋਪੀਅਨ ਯੂਨੀਅਨ ਡੈਲੀਗੇਸ਼ਨ ਦੀ ਜਿਆ ਹੈ ਖਬਰ ਚਾੜੀ ਵੀ ਹੋੜ ਗਏ ਤੁਸੀਂ ਮੇਗੀ ਸੁਣਾਓ ਓਰੇ ਬੱਚੂ ਕਿਥੋਂ ਹੋਣਾ ਕਿ ਤੁੰਦੀ ਬੱਤੀ ਆਈ ਆ ਕਿ ਪਾਣੀ ਟਾਈਮ ਤੋਂ ਟਾਈਮ ਆਉਂਦਾ ਰਹੋ ਕਿ ਗਰੀਬਿਆਂ ਕੀ ਫੁਲਕੇ ਥੋਈਆਂ ਕੇ ਖਾਣੇਗੀ ਕਿ ਇਹ ਛੜਕ ਜੜੀ ਹੈ ਜਿਹੜੀ 10 ਸਾਲ ਹੋਏ ਨੇ ਇਆਂ ਗੇ ਪੇਰੀ ਹੈ ਨਾਲ ਪਲੁਕ ਪਈ ਆ ਨਾ ਇਹ ਛੜਕ ਜੜੀ ਹੈ ਲੋਕੇ ਤੱਕ ਪੁੱਜੀ ਹੈ ਕਿਨੇ ਕਿਨੇ ਕਿਲੋਮੀਟਰ ਨਿੱ ਕਿਨਕੇ ਬੱਚੇ ਜੜੇ ਨੇ ਬਸਤੇ ਮੋਂਡੇ ਉੱਪਰ ਛਾੜੀ ਹੈ ਅੱਜ ਵੀ ਜੜੇ ਨੇ ਉਹ ਸਕੂਲ ਜਾਂਦੇ ਪੜ੍ਹੇ ਨੇ ਢੀ ਦੂਰ ਪੈਦਲ ਕਿ ਉਹਦਾ ਅੱਖ ਨਹੀਂ ਹੈ ਕਿ ਉਹ ਵੀ ਛੜਕਿਆਂ ਉੱਪਰ ਚੱਲਣ ਕਿ ਉਹ ਉਨੇਗੀ ਉਹਦੀ ਕਿਸਮਤ ਚ ਨਹੀਂ ਹੈ ਕਿ ਸਾਨੂੰ ਵੀ ਕੋਈ ਸ਼ੈਲ ਚੀਜ਼ ਜੜੀ ਹੋ ਥੋਏ ਪਰ ਅਸੇ ਲੋਕ ਜਿਹਨੇ ਕਿ ਥੋ ਆਦੀ ਨਾ ਉਹਨੇ ਕੀ ਫਿਕਰ ਹੈ ਅੰਗਰੇਜ਼ ਆ ਰਹੇ ਗੱਲ ਬਾਤ ਉਹ ਕੀਤੀ ਰਹੀ ਐ ਦੱਸਣੀ ਜ਼ਰੂਰ ਐ